ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ, ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਮੌਸਮ ਠੰਡਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮੌਸਮ ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ, ਪਰ ਅਜੇ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੀ। ਤੇ ਹੁਣ ਹਰਿਆਣਾ ਸਰਕਾਰ ਨੇ ਗਰਮੀ ਦੇ ਚੱਲਦਿਆਂ ਵੱਡਾ ਫੈਸਲਾ ਲਿਆ ਹੈ। ਫੈਸਲਾ ਲਿਆ ਗਿਆ ਹੈ ਉਹਨਾਂ ਮੁਸਾਫਰਾਂ ਬਾਰੇ ਜਿਹੜੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਹੁਣ ਠੰਡਾ ਪਾਣੀ ਮਿਲੇਗਾ, ਯਾਨੀ ਕਿ ਕੰਡਕਟਰ ਡਰਾਈਵਰ ਇਹਦੀ ਵਿਵਸਥਾ ਕਰਨਗੇ। ਠੰਡੇ ਪਾਣੀ ਦਾ ਕੈਂਪਰ ਭਰ ਕੇ ਰੱਖਣਗੇ ਤਾਂ ਜੋ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਹੋ ਸਕੇ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਗਰਮੀ ਦੇ ਨਾਲ ਬੁਰਾ ਹਾਲ ਹੈ, ਹਰਿਆਣਾ ਦੇ ਵਿੱਚ ਗਰਮੀ ਦੇ ਨਾਲ ਬੁਰਾ ਹਾਲ ਹੈ, ਅਤੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸੇ ਅਜਿਹੇ ਨੇ ਜਿੱਥੇ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਅਤੇ ਇਸੇ ਦੇ ਚੱਲਦਿਆਂ ਅਜਿਹੇ ਫੈਸਲੇ ਲੈਣਾ ਲੋਕ ਹਿੱਤ ਦੇ ਵਿੱਚ ਕਾਫੀ ਲਾਹੇਵੰਦ ਹੁੰਦਾ ਹੈ। ਵੈਸੇ ਵੀ ਹਰਿਆਣਾ ਸਰਕਾਰ ਨੇ ਪਿੱਛੇ ਜੇ ਇੱਕ ਹੋਰ ਫੈਸਲਾ ਲਿਆ ਸੀਗਾ ਹੈਪੀ ਕਾਰਡ ਬਣਾਉਣ ਦਾ, ਕਿ ਜਿਹੜੇ ਲੋਕ ਨੇ ਉਹ ਘੱਟ ਆਮਦਨ ਵਾਲੇ ਨੇ, 1,80,000 ਦੇ ਕਰੀਬ ਉਹਨਾਂ ਦੀ ਸਾਲਾਨਾ ਆਮਦਨ ਆ, ਤਾਂ ਉਹ ਮੁਫਤ ਦੇ ਵਿੱਚ ਵੀ ਸਫ਼ਰ ਕਰ ਸਕਣਗੇ। ਅਤੇ ਰੋਜ਼ਾਨਾ 30 ਕਿਲੋਮੀਟਰ ਦਾ ਉਹਨਾਂ ਨੇ ਦਾਇਰਾ ਰੱਖਿਆ ਸੀਗਾ। ਅਤੇ ਕੁੱਲ ਮਿਲਾ ਕੇ ਅਜਿਹੀਆਂ ਜਿਹੜੀਆਂ ਸੁਵਿਧਾਵਾਂ ਹਰਿਆਣਾ ਸਰਕਾਰ ਦੇ ਰਹੀ ਹੈ, ਅਤੇ ਹੁਣ ਹਰਿਆਣਾ ਸਰਕਾਰ ਨੇ ਵਿਭਾਗ ਨੂੰ ਹੁਕਮ ਕਰ ਦਿੱਤੇ ਨੇ, ਅਤੇ ਵਿਭਾਗ ਨੇ ਅੱਗੇ ਅਧਿਕਾਰੀਆਂ ਨੂੰ, ਮੁਲਾਜ਼ਮਾਂ ਨੂੰ, ਡਰਾਈਵਰਾਂ ਨੂੰ, ਕੰਡਕਟਰਾਂ ਨੂੰ ਹੁਕਮ ਕਰ ਦਿੱਤੇ ਨੇ ਕਿ ਠੰਡਾ ਪਾਣੀ ਹਰੇਕ ਬੱਸ ਦੇ ਵਿੱਚ ਜ਼ਰੂਰ ਹੋਵੇ ਤਾਂ ਜੋ ਕਿਸੇ ਵੀ ਮੁਸਾਫਰ ਨੂੰ ਗਰਮੀ ਦੇ ਵਿੱਚ ਪਰੇਸ਼ਾਨੀ ਨਾ ਆਵੇ। ਅਤੇ ਪਿੱਛੇ ਜੇ ਵੀ 2 ਸਾਲ ਪਹਿਲਾਂ ਇੱਕ ਕੰਡਕਟਰ ਡਰਾਈਵਰ ਕਾਫੀ ਚਰਚਾ ਦੇ ਵਿੱਚ ਆਏ ਸੀਗੇ, ਉਹ ਸੀਗਾ ਸੁਰਿੰਦਰ ਸ਼ਰਮਾ ਨਾਮ ਸੀਗਾ, ਉਹ ਕੰਡਕਟਰ ਸੀ, ਅਤੇ ਉਹ ਆਪਣੇ ਜਿਹੜੇ ਯਾਤਰੀ ਹੁੰਦੇ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਬੱਸ 'ਚ ਬੈਠੇ ਦੇ ਸਾਰ ਹੀ ਟਿਕਟਾਂ ਤੋਂ ਪਹਿਲਾਂ ਪਾਣੀ ਦਿੰਦਾ ਸੀਗਾ, ਯਾਨੀ ਕਿ ਗੜਵੀ ਭਰ ਕੇ ਪਾਣੀ ਦੀ ਉਹ ਲੈ ਆਉਂਦਾ ਸੀ ਤਾਂ ਜੋ ਮੁਸਾਫਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਅਤੇ ਹੁਣ ਚਰਚਾ ਇਹ ਸੀਗੀ ਕਿ ਉਹ 12 ਸਾਲਾਂ ਤੋਂ ਕੰਮ ਕਰ ਰਿਹਾ ਸੀਗਾ, ਜਦੋਂ ਦਾ ਉਹਨੇ ਜੁਆਇਨਿੰਗ ਕੀਤੀ ਸੀ ਉਦੋਂ ਤੋਂ ਹੀ ਇਹਨੂੰ ਆਪਣਾ ਧਰਮ ਸਮਝਦਾ ਸੀ ਲੋਕਾਂ ਦੀ ਸੇਵਾ ਕਰਨ ਨੂੰ, ਅਤੇ ਉਹਦੀ ਕਾਫੀ ਸ਼ਲਾਘਾ ਹੋਈ ਸੀ। ਅਤੇ ਹੁਣ ਹਰਿਆਣਾ ਸਰਕਾਰ ਨੇ ਮੁਸਾਫਰਾਂ ਵਾਸਤੇ ਵੱਡਾ ਫੈਸਲਾ ਲੈ ਲਿਆ, ਗਰਮੀ ਤੋਂ ਬਚਣ ਵਾਸਤੇ ਠੰਡੇ ਪਾਣੀ ਦੀ ਵਿਵਸਥਾ ਕਰਨ ਲਈ ਕਹਿ ਦਿੱਤਾ ਗਿਆ ਹੈ ਤਾਂ ਜੋ ਬੱਸਾਂ ਦੇ ਵਿੱਚ ਪਰੇਸ਼ਾਨੀ ਨਾ ਆਵੇ ਕਿਸੇ ਵੀ ਯਾਤਰੀ ਨੂੰ। ਲੰਮਾ ਸਫ਼ਰ ਵੀ ਹੁੰਦਾ ਹੈ, ਬੱਸਾਂ ਦੇ ਰੂਟ ਕਈ ਵਾਰ ਇੰਨੇ ਕੁ ਲੰਮੇ ਹੁੰਦੇ ਨੇ ਕਿ ਰਾਹ ਦੇ ਵਿੱਚ ਰੁਕਣ ਦੀ ਕੋਈ ਵੀ ਸੰਭਾਵਨਾ ਨਹੀਂ ਹੁੰਦੀ, ਇਸ ਕਰਕੇ ਲੋਕ ਪਾਣੀ ਤੋਂ ਮੁਹਤਾਜ ਨਾ ਹੋਣ, ਇਸ ਕਰਕੇ ਪਾਣੀ ਦੀ ਵਿਵਸਥਾ ਕਰਨ ਲਈ ਕਹਿ ਦਿੱਤਾ ਗਿਆ ਹੈ। ਵੈਸੇ ਵੀ ਮੌਸਮ ਵਿਭਾਗ ਦੇ ਮੁਤਾਬਕ ਹਨੇਰੀ ਵਗੈਰਾ ਦਾ ਤਾਂ ਅਲਟੀਮੇਟਮ ਦਿੱਤਾ ਗਿਆ, ਪਰ ਬਾਰਿਸ਼ ਕਿਤੇ ਕਿਤੇ ਹੋਣ ਦੀ ਸੰਭਾਵਨਾ, ਪਰ ਅਜੇ ਤੱਕ ਕਿਤੇ ਵੀ ਕੋਈ ਮੌਸਮ ਦੇ ਵਿੱਚ ਬਦਲਾਅ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਜਿਹੜੇ ਹੋਰ ਸੂਬੇ ਨੇ ਜਿਹੜੇ ਸਮੁੰਦਰਾਂ ਦੇ ਨਾਲ ਲੱਗਦੇ ਨੇ ਜਾਂ ਫਿਰ ਦੂਜੇ ਪਾਸੇ ਦੱਖਣ ਵਾਲੇ ਪਾਸੇ ਨੇ, ਉਹਨਾਂ ਦੇ ਵਿੱਚ ਬਾਰਿਸ਼ ਕਾਫੀ ਨੁਕਸਾਨਦਾਇਕ ਸਿੱਧ ਹੋ ਰਹੀ ਹੈ, ਪਰ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਬਣੀ ਹੋਈ ਹੈ। ਹਿਮਾਚਲ ਦੇ ਵਿੱਚ ਹਲਕੀ ਹਲਕੀ ਜਿਹੜੀ ਬਾਰਿਸ਼ ਆ ਉਹ ਕਿਤੇ ਕਿਤੇ ਹੋ ਜਾਂਦੀ ਹੈ, ਪਰ ਦੋ ਜਿਹੜੀਆਂ ਨਾਲ ਲੱਗੀਆਂ ਸਟੇਟਾਂ ਨੇ ਹਰਿਆਣਾ ਅਤੇ ਪੰਜਾਬ, ਇਹਨਾਂ ਦੇ ਵਿੱਚ ਬੁਰਾ ਹਾਲ ਹਾਹਾਕਾਰ ਮੱਚੀ ਹੋਈ ਹੈ। ਅਤੇ ਹੁਣ ਇਹ ਜਿਹੜਾ ਫੈਸਲਾ, ਇਹਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ, ਹੋ ਸਕਦਾ ਕਿ ਪੰਜਾਬ ਸਰਕਾਰ ਵੀ ਇਸ ਫੈਸਲੇ ਤੋਂ ਸੇਧ ਲਵੇ ਅਤੇ ਆਪਣੇ ਮੁਸਾਫਰਾਂ ਦਾ ਧਿਆਨ ਰੱਖੇ। ਵੈਸੇ ਬੀਬੀਆਂ ਦਾ ਧਿਆਨ ਪੰਜਾਬ ਸਰਕਾਰ ਨੇ ਰੱਖਿਆ ਹੋਇਆ ਹੈ, ਸਫ਼ਰ ਮੁਫਤ ਕੀਤਾ ਹੋਇਆ ਪੂਰੇ ਪੰਜਾਬ ਦੇ ਵਿੱਚ, ਆਧਾਰ ਕਾਰਡ, ਵੋਟਰ ਕਾਰਡ ਦਿਖਾ ਕੇ ਬੀਬੀਆਂ ਇੱਧਰੋਂ ਉੱਧਰ ਆਪਣੇ ਸਫ਼ਰ ਦੇ ਵਿੱਚ ਜਾ ਸਕਦੀਆਂ ਨੇ, ਪਰ ਉਹਨਾਂ ਦੀ ਸਹੂਲਤ ਵਾਸਤੇ ਪਾਣੀ ਰੱਖਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਜਾਂ ਫਿਰ ਹੋਰ ਕੀ ਸਹੂਲਤ ਮਿਲਦੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ।
ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।